ਲਓ ਜੀ, ਇਹ ਹੈ ਪੁਰਾਣੀ ਮਿਸਟਰੀ ਪੱਥਰਾਂ ਅਤੇ ਮਿੱਟੀ ਨਾਲ ਲਿਪੀ ਗਈ ਆ ਪੁਰਾਤਨ, ਕਿਉਂਕਿ ਇੱਥੇ ਬਰਫ਼ਬਾਰੀ ਹੋ ਜਾਂਦੀ ਹੈ, ਇਹਦੇ ਵਿੱਚ ਬਿਲਕੁਲ ਠੰਡ ਨਹੀਂ ਸੀ ਲੱਗਦੀ। ਹਜ਼ਾਰਾਂ ਸਾਲ ਪਹਿਲਾਂ ਇਹ ਬਣੀ ਹੋਈ ਮਿਨਿਸਟਰੀ ਹੈ, ਤੁਸੀਂ ਦੇਖ ਸਕਦੇ ਹੋ। ਇਹਨਾਂ ਦਾ ਲਾਲ ਰੰਗ ਕੀਤਾ ਗਿਆ ਹੈ, ਉਦੋਂ ਬਾਅਦ ਇਹ ਨਵੇਂ ਮਿਨਿਸਟਰੀਆਂ ਦੀ ਸੇਵਾ ਹੋਈ ਹੈ। ਦੇਖੋ ਜੀ, ਇਹ 11ਵੀਂ ਸ਼ਤਾਬਦੀ ਦਾ ਬਣਿਆ ਹੋਇਆ ਇੱਥੇ ਜਿਹੜਾ ਟੈਂਪਲ, ਅੰਦਰ ਬਹੁਤ ਹੀ ਸੋਹਣੀ ਚਿੱਤਰਕਾਰੀਆਂ ਪੁਰਾਤਨ ਕੀਤੀਆਂ ਹੋਈਆਂ ਨੇ ਹੱਥਾਂ ਨਾਲ ਪੇਂਟ, ਅਤੇ ਪੁਰਾਣੀਆਂ ਇੱਥੋਂ ਦੀਆਂ ਬੁੱਧ ਧਰਮ ਨਾਲ ਰਿਲੇਟਡ ਮੂਰਤੀਆਂ, ਅਤੇ ਬਾਕੀ ਜਿਹੜੀ ਇਹਦੀ ਲੱਕੜ ਹੈ ਬਹੁਤ ਹੀ ਮੋਟੀ ਲੱਕੜ ਚੀਰ ਬਿਆਰ ਦੀ ਹੈ ਜਿਹੜੀ ਛੱਤ 'ਤੇ ਲੱਗੀ ਹੋਈ ਹੈ। ਉੱਪਰ ਆ ਗਏ ਜੀ ਆਪਾਂ ਵਿਊ ਪੁਆਇੰਟ 'ਤੇ ਜਿਹੜਾ ਲੇਕ ਤੋਂ, ਅਤੇ ਤੁਸੀਂ ਚੈੱਕ ਕਰੋ ਜੀ ਇੱਥੋਂ ਸਾਰਾ ਨਾਕੋ ਵਿਲੇਜ ਦਿਖ ਰਿਹਾ, ਅਤੇ ਉਹ ਨਾਕੋ ਲੇਕ ਦਿਖ ਰਹੀ ਹੈ, ਅਤੇ ਮਿਨਿਸਟਰੀ ਵੀ ਉਹ ਰਹਿ ਗਈ ਜੀ ਸਾਹਮਣੇ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਵਿਊ ਆ ਰਿਹਾ ਹੈ, ਅਤੇ ਇੱਥੇ ਆਪਾਂ ਆਏ ਹਾਂ ਫੋਟੋਆਂ ਫੂਟੋਆਂ ਖਿਚਾਉਂਦੇ ਹਾਂ, ਅਤੇ ਵਿਊ ਚੈੱਕ ਕਰੋ। ਲੋਕ ਇੱਥੇ ਸਿਰਫ ਇਹਦੀ ਬੋਟਿੰਗ ਕਰਦੇ ਨੇ, ਹੁਣ ਜਦੋਂ ਸਰਦੀਆਂ ਦੇ ਵਿੱਚ ਇਹ ਲੇਕ ਜੰਮ ਜਾਂਦੀ ਹੈ ਅਤੇ ਇਹਦੇ ਉੱਪਰ ਸਕੈਡਿੰਗ ਕਰਦੇ ਨੇ, ਜਿਵੇਂ ਆਪਾਂ ਬਰਫ਼ ਦੀ ਜਿਹੜੀ ਸਕੈਡਿੰਗ ਕਰਨ ਵਾਲੀਆਂ ਹੁੰਦੀਆਂ ਨੇ ਉਹ ਚੀਜ਼ ਇੱਥੇ ਕੀਤੀ ਜਾਂਦੀ ਹੈ ਜੀ। ਇਹ ਹੈ ਜੀ ਇੱਥੋਂ ਦਾ ਵਿਊ, ਅਤੇ ਉਹ ਆਲੇ ਦੁਆਲੇ ਉੱਪਰ ਬਰਫ਼ ਜੰਮੀ ਹੋਈ ਹੈ। ਆਪਾਂ ਫਿਰ NH5 'ਤੇ ਆ ਗਏ ਰੋਡ 'ਤੇ, ਉਸੇ 'ਤੇ ਕੜਛਮ ਡੈਮ ਤੋਂ ਜਿਹੜਾ ਉੱਪਰ ਨੂੰ ਚੜ੍ਹੇ ਸੀ ਆਪਾਂ ਰਕੌਂਗ ਪੀਓ ਅਤੇ ਕਲਪਾ ਨੂੰ। ਕੱਲ੍ਹ ਜਿਹੜੇ ਢਾਬੇ 'ਤੇ ਆਪਾਂ ਸ਼ੇਰੇ ਪੰਜਾਬ ਢਾਬਾ ਜਿਹੜਾ ਸੀ ਜਿੱਥੇ ਖਾਣਾ ਖਾਧਾ ਸੀ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ, ਆਪਾਂ ਦੁਪਹਿਰ ਦਾ ਖਾਣਾ ਫਿਰ ਉੱਥੇ ਖਾਧਾ, ਅਤੇ ਥਾਲੀ ਦੇ ਵਿੱਚ 2-3 ਸਬਜ਼ੀਆਂ ਅਤੇ ਚੌਲ ਆ, ਅਤੇ ਰੋਟੀ ਜਿੰਨੀ ਮਰਜ਼ੀ ਖਾਓ। ਉਦੋਂ ਆਪਾਂ ਵੀਡੀਓ ਨੇ ਬਣਾਈ, ਅੱਜ ਫਿਰ ਉੱਥੇ ਖਾ ਕੇ NH5 'ਤੇ ਆਪਾਂ ਫਿਰ ਚੜ੍ਹ ਗਏ ਹਾਂ, ਅਤੇ ਨਾਲ ਹੈ ਜੀ ਇੱਧਰ ਸਤਲੁਜ ਦਰਿਆ, ਤੁਹਾਨੂੰ ਦਿਖਾਉਂਦਾ। ਸਤਲੁਜ ਦਰਿਆ ਆ ਚੱਲ ਰਿਹਾ, ਅਤੇ ਆਹ ਦੇਖੋ ਸਾਰਾ ਪੱਥਰ ਤਾਂ ਸਿੱਧੇ ਹੀ ਖੜ੍ਹਾ ਹੈ ਜੀ, ਪਤੰਦਰਾ ਅੜਿਆ ਖੜ੍ਹਾ ਜਮੀ, ਅਤੇ ਰੋਡ ਬਹੁਤ ਸੋਹਣੀ ਹੈ। ਗਾਹਾਂ ਦੇਖਦੇ ਹਾਂ ਨਾਕੋ ਤੱਕ ਕਿਹੋ ਜਿਹੀ ਰੋਡ ਹੈ, 90 ਕਿਲੋਮੀਟਰ ਰਹਿ ਗਿਆ ਇੱਥੋਂ, ਸ਼ਾਮ ਤੱਕ ਪਹੁੰਚਾਂਗੇ। ਅੱਜ ਆਪਾਂ ਕੈਂਪਿੰਗ ਨਹੀਂ ਕਰਦੇ, ਅੱਜ ਹੋਟਲ ਜਾਂ ਹੋਮ ਸਟੇਅ ਲਵਾਂਗੇ ਉੱਥੇ, ਕਿਉਂਕਿ ਸਾਨੂੰ ਸਮਾਨ ਬੰਨਣ 'ਚ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਹੈ, ਟਾਈਮ ਬਹੁਤ ਲੱਗ ਗਿਆ ਅੱਜ। ਚੱਲੀਏ ਦੀਪੀ, ਓਕੇ। ਰਕੌਂਗ ਪੀਓ ਤੋਂ ਹਲੇ ਚੱਲਿਆ ਨੂੰ ਤਕਰੀਬਨ 1.5 ਘੰਟਾ ਹੋਇਆ ਆਪਾਂ ਨੂੰ, ਅਤੇ ਪਿੱਛੇ ਦੇ ਦੇਖੋ ਖੂਬਸੂਰਤ ਨਜ਼ਾਰੇ ਅਤੇ ਝਰਨਾ ਹਮੇਸ਼ਾ ਚੱਲਦਾ ਰਹਿੰਦਾ ਇਹ, ਅਤੇ ਆਪ ਮੈਂ ਤੁਹਾਨੂੰ ਨਾਲ ਨਾਲ ਦਿਖਾਉਂਦਾ, ਬਹੁਤ ਸੋਹਣਾ ਵਿਊ ਬਣ ਰਿਹਾ ਇੱਥੇ, ਪੂਰੀਆਂ ਫੋਟੋ ਸੈਲਫੀਆਂ ਵਗੈਰਾ ਉਹ ਦੇਖੋ ਪਿੱਛੇ ਲੈ ਰਹੇ ਨੇ। ਉਹ ਉੱਪਰੋਂ ਗਿਰ ਰਿਹਾ ਅਤੇ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ, ਇੱਧਰ ਲਿਖਿਆ ਦਾ ਰਿਹਾ ਵਿੱਚ ਕੈਫੇ, ਪਰ ਇੱਥੇ ਕੈਫੇ ਹੈ ਨਹੀਂ ਗਾ, ਪੁਰਾਣਾ ਪੁਲ ਹੈ ਜੀ ਪਹਿਲਾਂ ਇੱਧਰ ਦੀ ਗੱਡੀਆਂ, ਹੁਣ ਉਹ ਨਵਾਂ ਹਾਈਵੇ NH7 ਉੱਧਰ ਦੀ ਜਾਂਦੇ ਨੇ, ਇਹ ਪਹਿਲਾਂ ਇਹਦੇ ਉੱਪਰ ਦੀ ਆਵਾਜਾਈ ਸੀਗੀ। ਸਾਰੇ ਹੀ ਦੋਸਤ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ, ਤੇ ਆਪਾਂ ਚੱਲੇ ਸੀ ਜੀ ਰਕੌਂਗ ਪੀਓ ਤੋਂ ਅੱਜ ਤੁਰ ਪਏ ਜਾਂ ਪਹੁੰਚਾਂਗੇ ਜੀ ਨਾਕੋ। ਨਾਕੋ ਦੇ 11ਵੀਂ ਸ਼ਤਾਬਦੀ ਦੀ ਪੁਰਾਣੀ ਮਿਨਿਸਟਰੀ ਤੇ ਹੋਰ ਉੱਥੋਂ ਦੀਆਂ ਚੁਣਿੰਦੀਆਂ ਜਗ੍ਹਾਵਾਂ ਬਹੁਤ ਹੀ ਸੋਹਣੀਆਂ, ਤੁਹਾਨੂੰ ਜਿਹੜੀਆਂ ਜਗ੍ਹਾ ਦੇ ਆਪਾਂ ਅੱਜ ਦਿਖਾਵਾਂਗੇ। ਸੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਸੋ ਆਓ ਵਧੀਆ ਅੱਗੇ ਵੱਲ। ਦੇਖੋ ਜੀ ਕਿੰਨਾ ਸੋਹਣਾ ਬਣ ਰਿਹਾ, ਪੀਲਾ ਰੰਗ ਕਰਿਆ, ਕਿਆ ਬਾਤ ਹੈ। ਰੋਡ ਆਉਂਦੀ ਹੁੰਦੀ ਵਧੀਆ, ਇੱਥੇ ਵੀ ਨਹਿਰੋ ਰੋਡ ਆਉਣੀ ਸ਼ੁਰੂ ਹੋ ਗਈ ਹੁਣ ਇੱਥੋਂ, ਆਹ ਦੇਖੋ। ਪਰ ਫਿਰ ਵੀ ਉਸ ਤੋਂ ਬਾਅਦ ਫਿਰ ਖੁੱਲ੍ਹੀ ਆ ਗਈ ਰੋਡ, ਅਤੇ ਖਮਾਣੀਆਂ ਖਮੂਣੀਆਂ ਦੇ ਬੜੇ ਦਰਖਤ ਇੱਥੇ ਪੇੜ ਲੱਗੇ ਹੋਏ ਨੇ, ਫਲ ਫਰੂਟ ਪੂਰਾ ਲੱਗਿਆ ਹੋਇਆ।
ਆਪਾਂ ਦੇਖੋ ਜੀ ਹਾਲੇ ਤਾਂ ਇੱਥੇ ਜਾ ਰਹੇ ਪਹਾੜ ਦੇ ਉੱਤੇ, ਆਪਾਂ ਜਿਹੜੀ ਚੜ੍ਹਾਈ ਹੈ ਇੱਕ ਦੋ ਤੀਜੇ ਉਹ ਲੈਵਲ 'ਤੇ ਉੱਪਰ ਜਾਣਾ, ਉਹ ਜਾ ਦੇਖੋ ਉਹ ਜਾ ਰਹੀ ਹੈ, ਸ਼ਾਇਦ ਤੁਹਾਨੂੰ ਦਿਖਦੀ ਨਾ ਹੋਵੇ ਕੈਮਰੇ 'ਚ, ਅਤੇ ਇੱਕ ਦੋ ਆਹ ਤੀਜਾ ਇਹ ਚੱਲ ਰਿਹਾ ਥੱਲੇ, ਅਤੇ ਤੀਜੇ ਉੱਪਰ ਪਹੁੰਚਣਾ ਆਪਾਂ ਨੇ। ਇਸ ਤੋਂ ਬਾਅਦ ਇੱਕ ਮੋਨੈਸਟਰੀ ਬਣੀ ਹੋਈ ਹੈ ਕਿਲੇ ਟਾਈਪ, ਅਤੇ ਉੱਪਰ ਦੇਖੋ ਕਿੰਨਾ ਵਧੀਆ ਘੈਂਟ ਵਿਊ ਆ ਰਿਹਾ ਜੀ ਪੂਰੀ ਐਨ ਚੋਟੀ 'ਤੇ, ਅਤੇ ਇੱਧਰਲੇ ਪਾਸੇ ਸਪੋਰਟ ਘੱਟ ਹੀ ਹੈ ਦੇਖੋ, ਜਮੀ ਥੱਲੇ ਤੱਕ ਆ ਸਭ ਤੋਂ ਉੱਚੇ ਆਰ ਦੇ ਉੱਪਰ ਕੁਛ ਬਣਿਆ ਹੋਇਆ, ਮੋਨੈਸਟਰੀ ਹੋਣੀ ਜਾਂ ਕੋਈ ਕਿਲਾ ਹੋਣਾ ਪੁਰਾਣਾ ਹੋ, ਅਤੇ ਇਹਦੇ ਬਾਰੇ ਪੁੱਛ ਕੇ ਦੱਸਦੇ ਹਾਂ ਆਪਾਂ ਜਿਹੜੀ ਦੇਖਣ ਦੇ ਰਿਹਾ। ਇਹ ਨਾ ਮੰਦਰ ਬਣਿਆ ਉੱਪਰ ਜੀ, ਅਤੇ ਦੇਖੋ ਕਿੰਨੀ ਉੱਚੀ ਚੋਟੀ 'ਤੇ ਆ ਪਤਾ ਲੱਗਿਆ ਸਾਨੂੰ ਇੱਥੋਂ, ਅਤੇ ਆਹ ਨਾਲ ਨਾਲ ਸਤਲੁਜ ਦਰਿਆ ਬਹੁਤ ਸੋਹਣਾ ਪਿੰਡ ਬਣਿਆ ਥੋੜ੍ਹੇ ਜਿਹੇ ਘੱਟ। ਆਹ ਰਸਤੇ ਰਾਹੀਂ ਆਪਾਂ ਆਏ ਹਾਂ ਇੱਥੇ ਇੱਕ ਨੀਮਾ ਦੁਲਾਮਾ ਢਾਬਾ, ਇੱਥੇ ਆਪਾਂ ਕੁਛ ਖਾਣੇ ਪੀਂਦੇ ਹਾਂ, ਖਾ ਪੀ ਤਾਂ ਕੀ ਲੈਣਾ, ਚਾਹ ਪੀਂਦੇ ਹਾਂ, ਚਾਹ ਤਲਬ ਲੱਗੀ ਹੋਈ ਹੈ ਚਾਹ ਦੀ। ਲਓ ਜੀ ਆਹ ਸਪੀਲੋ ਨੰਗੀਆਂ ਸਿਰਫ ਅੱਧਾ ਕਿਲੋਮੀਟਰ 'ਤੇ, ਅਤੇ ਆਹ ਮੰਦਰ ਬਹੁਤ ਸੋਹਣਾ ਬਣਿਆ ਪਹਾੜਾਂ ਦੇ ਵਿੱਚ, ਅਤੇ ਇੱਥੇ ਖੜ੍ਹਨ ਨੂੰ ਬੱਸ ਬੁੱਸ ਖੜ੍ਹਾਉਣ ਨੂੰ ਖੜ੍ਹਨ ਖੜ੍ਹਾਉਣ ਨੂੰ ਜਗ੍ਹਾ ਕਾਫੀ ਹੈ। ਅਤੇ ਇੱਧਰ ਦੇਖੋ ਭੈਣੇ ਕਿਵੇਂ ਬਰੇਤੀ ਦਾ ਪਹਾੜ ਹੁੰਦਾ, ਜਿਵੇਂ ਕੱਚੀ ਮਿੱਟੀ ਅਤੇ ਉਹ ਇੱਧਰ ਪਹਾੜ ਪੱਕੇ ਨੇ, ਅਤੇ ਨਾਲ ਨਾਲ ਆ ਪਹਾੜਾਂ ਦੇ ਥੱਲੇ ਵਾਟਰ ਕਰੋਸਿੰਗ ਵੀ ਆਈ ਜਾਂਦੀ ਹੈ, ਐਂ ਆਉਂਦੇ ਨਹੀਂ ਬੋੜ ਬੋੜ ਖਤਰਨਾਕ ਆ ਰੋਡ ਇਹ, ਅਤੇ ਪਰ ਰੋਡ ਸਾਫ ਸੁਥਰਾ ਖੁੱਲ੍ਹਾ ਡੁੱਲਾ ਹੈ, NH5 ਹੈ ਜੀ। ਰੂਪਾ ਵੈਲੀ ਨੂੰ ਚਲਿਆ ਗਿਆ, ਨਾਕੋ ਹੁਣ ਡਾਕੋ ਦਾ ਬੋਰਡ ਨੀ ਲੱਗਿਆ ਲੱਗੇ ਛੱਡੀਆਂ, ਤੇ ਫੌਜੀ ਇੱਧਰੋਂ ਹੁਣ ਨੇੜੋ ਆਉਣ ਜਾਣ ਲੱਗ ਗਏ। ਖੁਸ਼ਕ ਪਹਾੜ ਸ਼ੁਰੂ ਹੋ ਗਈ, ਖੁਸ਼ਕ ਪਹਾੜ ਗ੍ਰੀਨਰੀ ਜਿਹੜੀ ਖਤਮ ਹੋ ਗਈ, ਅਤੇ ਇਹਨਾਂ ਦਾ ਅੱਡੀ ਇੱਕ ਨਜ਼ਾਰਾ, ਅਤੇ ਖੁਸ਼ਕ ਪਹਾੜਾਂ ਦਾ ਜਿਵੇਂ ਆਪਾਂ ਲੇਹ ਵਿੱਚ ਜਾਂਦੇ ਹਾਂ ਤਾਂ ਉੱਥੇ, ਪਰ ਇੱਥੇ ਧੁੱਪ ਇਹੋ ਜਿਹੀ ਤਿੱਖੀ ਚੜ੍ਹਦੀ ਹੈ ਕਿ ਚੰਗਾੜੇ ਕੱਢ ਦਿੰਦੀ ਹੈ, ਬੀਬੀ ਦੀ ਸਾਡੂ ਹੀ ਫੂਕਦੀ ਹੈ ਨਾ, ਧੁੱਪ ਜਿਹੜੀ ਖੜਿਆ ਜਾਂਦਾ ਧੁੱਪ ਬਹੁਤ ਤੇਜ਼ ਹੈ, ਪਰ ਹੈ ਹਵਾ ਠੰਡੀ ਚੱਲਦੀ ਹੈ, ਪਰ ਧੁੱਪ ਕੜਾਕੇਦਾਰ ਹੈ। ਪਵਾਉਣ ਲੱਗਿਆ ਹੁਣ ਤੀਜੀ ਵਾਰੀ ਪੈਟਰੋਲ, ਪਹਿਲਾਂ ਪਵਾਇਆ ਸੀ ਪਟਿਆਲੇ ਦੇ ਲਾਗਿਓ, ਫਿਰ ਆਪਾਂ ਪਵਾਇਆ ਨਾਰਕੰਡੇ ਲੰਘ ਕੇ, ਅਤੇ ਹੁਣ ਆਪਾਂ ਪਵਾ ਰਹੇ ਹਾਂ ਪੂਹ ਤੋਂ, ਰਿਕੋਂਗ ਪੀਓ ਅੱਜ ਤੇਲ ਆਪਾਂ ਨੂੰ ਮਿਲਿਆ ਨਹੀਂ, ਸੋ ਹੁਣ ਆਪਾਂ ਪੂਹ ਤੋਂ ਟੈਂਕੀ ਫੁੱਲ ਕਰਾ ਰਹੇ ਹਾਂ, ਦੇਖਦੇ ਹਾਂ ਕਿੰਨਾ ਕੁ ਪੈਂਦਾ, ਅਤੇ ਬਾਕੀ ਹੁਣ ਥੋੜ੍ਹਾ ਜਿਹਾ ਪੀਪੀ 'ਚ ਵੀ ਕੈਰੀ ਕਰਾਂਗੇ ਆਪਾਂ ਕੇਨ ਦੇ ਵਿੱਚ ਥੋੜ੍ਹਾ ਜਿਹਾ ਪੈਟਰੋਲ, ਕਿਉਂਕਿ ਅੱਗੇ ਪੈਟਰੋਲ ਪੰਪ ਹੈ ਨਹੀਂ ਗੇ, ਇਸ ਕਰਕੇ ਨਾਲ ਰੱਖਣਾ ਜ਼ਰੂਰੀ ਆ ਪੈਟਰੋਲ।
ਉੱਥੋਂ ਰਹਿ ਗਏ ਜੀ ਨਾਭੋ 25 ਕਿਲੋਮੀਟਰ, ਅਤੇ ਹਵਾ ਇੰਨੀ ਤੇਜ਼ ਚੱਲਦੀ ਹੈ ਮੋਟਰਸਾਈਕਲ ਨੂੰ ਵੀ ਧੱਕਦੀ ਹੈ, ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਇੱਥੇ, ਅਤੇ ਨੋਰਮਲ ਟੈਂਪਰੇਚਰ ਹੋ ਗਿਆ ਇੱਥੇ, ਪਰ ਜਦੋਂ ਧੁੱਪ ਨਿਕਲਦੀ ਹੈ ਚੰਗਿਆੜੇ ਕੱਢਦੀ ਹੈ, ਕੈਂਚੀ ਮੋੜ ਨੇ ਦਿਖਾਉਂਦਾ ਮੈਂ ਤੁਹਾਨੂੰ ਕਿੱਥੋਂ ਆਇਆ ਉੱਪਰ ਕਿੱਥੇ ਜਾਣਾ, ਕਰੋ ਦਰਸ਼ਨ ਇਹਨਾਂ ਪਹਾੜਾਂ ਦੇ, ਅਤੇ ਉਹ ਥੱਲੇ ਜਾ ਰਹੇ ਜੀ ਰਿਵਰ, ਅਤੇ ਉਹ ਸਾਹਮਣੇ ਸੜਕ ਤੁਹਾਨੂੰ ਦਿਖਾਉਂਦਾ ਉੱਥੋਂ ਆਇਆ ਆਪਾਂ, ਉਹ ਸੜਕਾਂ ਦੇ ਉੱਪਰ ਦੀ ਲੰਘਦੇ ਲੰਘਾਉਂਦੇ ਆਹ ਸੜਕ, ਫਿਰ ਆ ਦੂਸਰੀ ਜਾਣਾ ਇੱਥੇ ਉੱਪਰ ਘੁੰਮ ਕੇ ਕੈਂਚੀ ਮੋੜ ਨਹੀਂ ਸਾਰੇ ਉਹ ਜਾਣਾ ਜੀ ਆਪਾਂ ਪੂਰਾ, ਇੱਧਰ ਦੇਖੋ ਪਹਾੜ 'ਤੇ ਧੁੱਪ ਚੱਲ ਰਹੀ ਹੈ, ਅਤੇ NH5 ਹੈ ਜੀ, ਰੋਡ ਵਧੀਆ ਸਾਨੂੰ ਨਾ ਰਕੋਂਗਪੀਏ ਤੋਂ ਰੋਡ ਜਿਹੜੀ ਬਹੁਤ ਵਧੀਆ ਮਿਲ ਰਹੀ ਹੈ ਹੁਣ ਤੱਕ, ਇਹੋ ਜਿਹੀ ਗੱਲ ਨਹੀਂ, ਅਤੇ ਗਾਹਾਂ 'ਚ ਇਹੋ ਜਿਹੀ ਰੋਡ ਹੋਊਗੀ ਤੁਹਾਨੂੰ ਦੱਸਾਂਗੇ, ਉਹ ਸਾਹਮਣੇ ਰੋਡ ਹੈ ਨਾਲ ਨਾਲ ਰਿਵਰ ਦੇ, ਮੋਰ ਕੋਡ ਸਾਰੇ ਪਾਰ ਕਰਦੇ ਹੋਏ ਆਪਾਂ ਰੋਡ ਤੋਂ, ਅਤੇ ਆਲੇ ਦੁਆਲੇ ਖੁਸ਼ਕ ਪਹਾੜਾਂ ਦੇ ਵਿੱਚ ਜਦੋਂ ਇੰਨੀ ਕੋਈ ਗ੍ਰੀਨਰੀ ਆ ਜਾਂਦੀ ਹੈ ਲਈ, ਬਾਗ ਆ ਜਾਂਦੇ ਨੇ ਛੋਟੇ ਮੋਟੇ ਲੱਗੇ ਹੋਏ ਖਮਾਣੀਆਂ ਦੇ, ਅਤੇ ਹਰਿਆਲੀ ਬਹੁਤ ਸੋਹਣੀ ਲੱਗਦੀ ਹੈ, ਆਲੇ ਦੁਆਲੇ ਖੁਸ਼ਕ ਪਹਾੜ ਜਦੋਂ ਮਿਲਦੇ ਨੇ ਨਾ ਉਹਨਾਂ ਨੂੰ ਹਰਿਆਲੀ ਇੱਕ ਦੂਜੇ ਇੱਕੋ ਲਖਤ ਦੇਖਦੀ ਹੈ ਤਾਂ ਬਹੁਤ ਵਧੀਆ ਲੱਗਦੀ ਹੈ, ਆਹ ਰੋਡ ਆਏ ਆਪਾਂ, ਕਿਉਂ ਦਿੱਤੀ ਕਿਵੇਂ ਹੁਣ ਆਨੰਦ ਆ ਰਿਹਾ, ਪਹਿਲੀ ਵਾਰੀ ਖੁਸ਼ਕ ਪਹਾੜ ਦੇਖ ਰਹੇ ਤੂੰ ਹੈ ਨਾ, ਪਹੁੰਚ ਗਏ ਆਪਾਂ, ਅਤੇ ਆਹ ਪਿੱਛੇ ਜਿੱਥੇ ਕਿ ਯੂਟਿਊਬਰ ਬਹੁਤ ਵਧੀਆ ਸਟਿੱਕਰ ਲੱਗੇ ਹੋਏ ਨੇ ਖੜ੍ਹੇ ਹਾਂ, ਅਤੇ ਇੱਥੇ ਖਾਣ ਪੀਣ ਨੂੰ ਸਾਰਾ ਕੁਛ ਮਿਲ ਜਾਂਦਾ ਤੁਹਾਨੂੰ, ਮੈਗੀ ਮੂਗੀ ਨੂਡਲ ਵਗੈਰਾ ਸਾਰਾ ਕੁਛ, ਅਤੇ ਆਹ ਹੈ ਯੂਟਿਊਬਰਾਂ ਦੇ ਇੱਥੇ ਸਟਿੱਕਰ ਲੱਗੇ ਹੋਏ ਨੇ, ਅੱਗੇ ਦਾ ਸਾਲ ਆਵਾਂਗੇ ਆਪਾਂ ਆਪਣਾ ਸਟਿੱਕਰ ਇੱਥੇ ਚੇਪ ਕੇ ਜ਼ਰੂਰ ਜਾਵਾਂਗੇ, ਆਹ ਬਣਿਆ ਜੀ ਹੈਲੀਪੈਡ, ਇਹ ਹੈਲੀਪੈਡ ਬਣਿਆ ਹੋਇਆ ਉਹਨੇ, ਅਤੇ ਮਨਿਸਟਰੀ ਔਰ ਜਿਹੜੀ ਇੱਥੋਂ ਝੀਲ ਹੈ ਪਵਿੱਤਰ ਜਿਹਨੂੰ ਮੰਨਿਆ ਜਾਂਦਾ ਉੱਧਰ ਹੈ, ਆਹ ਇੱਥੋਂ ਦਾ ਮਾਹੌਲ ਹੈ ਜੀ, ਕੁਛ ਬੀਪੀ ਕੁਛ ਖਾਣਾ ਪੀਣਾ ਤਾਂ ਖਾ ਲਈਏ ਯਾਰ, ਚਾਹ ਚੂ ਪੀਣੀ ਹੈ, ਦੇਖਦੇ ਹਾਂ ਆਪਾਂ ਜਾ ਰਹੇ ਹਾਂ ਮਨਿਸਟਰੀ ਬਣੀ, ਅਤੇ ਇੱਥੇ ਦੀ ਪਵਿੱਤਰ ਝੀਲ ਜਿਹੜੀ ਮੰਨੀ ਗਈ ਹੈ ਉੱਧਰ ਜਾ ਰਹੇ ਹਾਂ, ਅਤੇ ਕਿੱਧਰ ਕਿੱਧਰ ਤੋਂ ਜਾਂਦਾ ਸੀ, ਅੱਛਾ ਅੱਛਾ, ਵੈਲਕਮ ਟੂ ਗ੍ਰਾਮ ਪੰਚਾਇਤ ਨਾਕੂ ਵਿਲੇਜ, ਇਹ ਆ ਜੀ ਪਿੰਡ ਆ ਗਿਆ ਨਾਕੂ ਦਾ, ਸਾਹਮਣੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਪਿੰਡ ਆ ਜੀ, ਖੁਸ਼ਕ ਪਹਾੜ ਨੇ ਅਤੇ ਥੱਲੇ ਗ੍ਰੀਨ ਵੈਲੀ ਹੈ, ਇਹ ਮਨਿਸਟਰੀ ਆ ਜਾ ਰਿਹਾ ਜੀ, ਅਸੀਂ ਮਨਿਸਟਰੀ ਦੇਖ ਰਹੇ ਹਾਂ, ਪਹਿਲਾਂ ਤੁਹਾਨੂੰ ਮਨਿਸਟਰੀ ਦਿਖਾਉਂਦੇ ਹਾਂ ਨਾਲ ਨਾਲ, ਅਤੇ ਕਾਫੀ ਖੂਬਸੂਰਤ ਪਿੰਡ ਆ ਜੀ, ਅਤੇ ਪੂਰੀ ਠੰਡ ਲੱਗ ਰਹੀ ਹੈ, ਹੱਥ ਸੁਣਨ ਆ ਰਹੇ ਨੇ ਇੱਥੇ ਹਾਈਟ 'ਤੇ ਆ ਬਹੁਤ ਜ਼ਿਆਦਾ, ਅਤੇ ਇਹਦਾ ਐਟੀਟਿਊਡ ਆਪਾਂ ਤੁਹਾਨੂੰ ਫਿਰ ਦੱਸਦੇ ਹਾਂ ਵੀ ਕਿੰਨਾ, ਉਹ ਸਾਹਮਣੇ ਮਨਿਸਟਰੀ ਆ ਗਈ, ਮੇਰੇ ਪਿੱਛੇ ਦੇਖ ਰਹੇ ਹੋ ਤੁਸੀਂ ਮਨਿਸਟਰੀ, ਆਪਾਂ ਨਾਕੋ ਪਹੁੰਚਿਆ ਜੀ ਮਨਿਸਟਰੀ ਦੇਖਣ ਲਈ, ਅਤੇ ਇੱਥੇ ਅੰਦਰ ਹੀ ਪਾਰਕਿੰਗ ਹੈ, ਅਤੇ ਪਾਰਕਿੰਗ ਦੀ ਪਰਚੀ ਲੱਗਦੀ ਮੋਟਰਸਾਈਕਲ ਦੀ,
20 ਰੁਪਏ ਲੱਗੇ ਆਪਣੀ ਗੱਡੀ ਦੀ, ਸ਼ਾਇਦ ਵੱਧ ਲੱਗਦੀ ਹੋਵੇ, ਅਤੇ ਤੁਹਾਨੂੰ ਦਿਖਾਉਂਦੇ ਹਾਂ ਮਿਨਿਸਟਰੀ ਦੇ ਦਰਸ਼ਨ ਕਰਾਉਂਦੇ ਹਾਂ ਇੱਥੇ, ਅਤੇ ਇਹ ਨੇ ਜੀ ਖੁਸ਼ਕ ਪਹਾੜ, ਠੰਡਾ ਰੇਗਿਸਤਾਨ ਕਿਹਾ ਜਾਂਦਾ, ਅਤੇ ਇਹ ਸਾਹਮਣੇ ਮਿਨਿਸਟਰੀ ਹੈ, ਅਤੇ ਆਹ ਦੇਖੋ ਗੱਡੀਆਂ ਦਾ ਦਾਮਾ ਜਾਮਾ ਬਹੁਤ ਲੱਗਿਆ ਹੋਇਆ, ਅਤੇ ਦਿੱਲੀ ਨੇ ਮੋਟਰਸਾਈਕਲ ਉੱਧਰ ਲਾਤਾ, ਅਤੇ ਕਾਫੀ ਕੁਛ ਜਗ੍ਹਾ ਇੱਥੇ ਅੱਪਰ ਆ ਕੇ, ਅਤੇ ਇੱਥੇ ਮਿਨਿਸਟਰੀ ਬਣੀ ਹੈ ਜਿਹਨਾਂ ਦੇ ਬੁੱਧ ਧਰਮ ਨਾਲ ਰਿਲੇਟਡ ਹੁੰਦੀ ਹੈ, ਅਤੇ ਲੋਕ ਰਹਿੰਦੇ ਨੇ ਇੱਥੇ, ਆਹ ਦੇਖੋ ਇਹ ਨਵੀਂ ਮਿਨਿਸਟਰੀ ਇੱਧਰ ਹੈ ਜੀ, ਆਹ ਦੇਖੋ ਇਹਨਾਂ ਦੀ ਵੇਸ਼ਾ ਭੂਸ਼ਣ ਕਿਹੋ ਜਿਹੀ ਹੈ ਤੁਹਾਨੂੰ ਦਿਖਾਉਂਦਾ, ਇਹ ਲੱਦਾਖੀ ਲੋਕਾਂ ਦੀ ਜਿਹੜੇ ਇੱਧਰਲੇ ਲੋਕ ਨੇ ਇਹਨਾਂ ਦੀ ਵੇਸ਼ਾ ਭੂਸ਼ਣ ਆਹ ਇਹੋ ਜਿਹੀ ਹੁੰਦੀ ਹੈ, ਅਤੇ ਇੱਧਰ ਹੈ ਪੁਰਾਣੀ ਮਿਨਿਸਟਰੀ, ਜਿਹੜੀ ਪੁਰਾਣੀ ਮਿਨਿਸਟਰੀ ਹੈ, ਨਵੀਂ ਮਿਨਿਸਟਰੀ ਇਹ ਹੈ, ਆਹ ਫੋਰਨਰ ਆਏ ਨੇ ਦੇਖੋ ਕਿੰਨੇ ਖੁਸ਼ ਹੋ ਰਹੇ ਨੇ। ਨਾਕੋ 'ਚ ਆਪਾਂ ਪਹੁੰਚਿਆ ਮਿਨਿਸਟਰੀ 'ਚ, ਅਤੇ ਇੱਥੋਂ ਦੇ ਜ਼ਿਲ੍ਹਾ ਵੀ ਕਿਨੌਰ ਪੈਂਦਾ ਜੀ, ਸਾਰੇ ਇਹ ਜ਼ਿਲ੍ਹਾ ਕਿਨੌਰ ਦੇ ਅੰਦਰ ਆਉਂਦੀ ਹੈ, ਅਤੇ 3630 ਮੀਟਰ ਦੀ ਆਪਾਂ ਉਚਾਈ 'ਤੇ ਹਾਂ ਜੀ ਸੀ ਲੈਵਲ ਤੋਂ, ਅਤੇ ਇਹ ਜਿਹੜੀ ਮਿਨਿਸਟਰੀ ਹੈ ਹਜ਼ਾਰਾਂ ਸਾਲ ਪੁਰਾਣੀ ਮਿਨਿਸਟਰੀ ਹੈ, ਅਤੇ 2007 ਦੇ ਵਿੱਚ ਇਹਨਾਂ ਦੇ ਜਿਹੜੇ ਆਖਰੀ ਗੁਰੂ ਨੇ ਦਲਾਈ ਲਾਮਾ ਉਹ ਇੱਥੇ ਆਏ, ਜਿਹਨਾਂ ਨੇ ਮਿਨਿਸਟਰੀਆਂ ਦੇ ਬਣਾਈਆਂ ਨੇ, ਪਹਿਲਾਂ ਨਾ ਮਕਲੋੜਗੰਜ ਤਿਬਤ 'ਚੋਂ ਆਏ ਨੇ, ਮਕਲੋੜਗੰਜ ਪਹਿਲਾਂ ਉੱਥੇ ਮਿਨਿਸਟਰੀ ਬਣਾਈ, ਉੱਥੇ ਰਹੇ, ਉੱਥੇ ਧਰਮ ਦਾ ਪ੍ਰਚਾਰ ਕੀਤਾ ਉਹਨਾਂ ਨੇ, ਆਹ ਨੇ ਜੀ ਪੁਰਾਣੇ ਸਤੂਫੇ 'ਚ ਕਹਿੰਦੇ ਹੁੰਦੇ ਨੇ ਜਿਹਨਾਂ ਨੂੰ, ਅਤੇ ਇਹਨਾਂ ਦੀ ਇਹ ਆਲੇ ਦੁਆਲੇ ਪਰਿਕਰਮਾ ਕਰਦੇ ਨੇ। ਇਹ ਹੈ ਜੀ ਓਲਡ ਮਿਨਿਸਟਰੀ ਨੂੰ ਰਾਹ ਜਾਂਦਾ, ਇਹਦਾ ਸਵੇਰ ਤੋਂ ਲੈ ਕੇ 6 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਦਾ ਟਾਈਮ ਹੈ ਜੀ, ਅਤੇ ਆਹ ਦੇਖੋ ਇੱਥੇ ਇਹਨਾਂ ਦੇ ਆਪਣੇ ਜਿਹੜੇ ਜਿਵੇਂ ਆਪਣੇ ਨਿਸ਼ਾਨ ਸਾਹਿਬ ਹੁੰਦੇ ਨੇ ਗੁਰੂ ਘਰਾਂ ਦੇ ਵਿੱਚ, ਅਤੇ ਇਹ ਇਹਨਾਂ ਦੇ ਇੱਥੇ ਬਣੇ, ਅਤੇ ਇਹ ਨੇ ਜੀ ਛੋਟੇ ਜਿਹੇ ਮਾਨੇ ਪਵਿੱਤਰ ਮੰਨਿਆ ਜਾਂਦਾ, ਮੰਦਰ ਨੂੰ ਜਾਂਦੇ ਜਾਂਦੇ ਘੁਮਾ ਦਿੰਦੇ ਨੇ, ਇਹਨਾਂ ਦੇ ਮੰਤਰ ਲਿਖੇ ਹੋਏ ਨੇ। ਆਹ ਵੀ ਓਲਡ ਪੁਰਾਣੀ ਪੁਰਾਣੀਆਂ ਬਣੀਆਂ ਨੇ, ਲਿਪੀਆਂ ਹੋਈਆਂ ਨੇ ਮਿੱਟੀ ਨਾਲ, ਇਹ ਕੋਈ ਕੋਈ ਸਾਲ ਇਹਨਾਂ ਨੂੰ ਲੋੜ ਨਹੀਂ ਪੈਂਦੀ ਲਿਪਣ ਦੀ। ਆਓ ਜੀ ਇਹ ਹੈ ਪੁਰਾਣੀ ਮਿਨਿਸਟਰੀ, ਪੱਥਰਾਂ ਅਤੇ ਮਿੱਟੀ ਨਾਲ ਲਿਪੀ ਗਈ ਆ ਪੁਰਾਤਨ, ਕਿਉਂਕਿ ਇੱਥੇ ਬਰਫ਼ਬਾਰੀ ਹੋ ਜਾਂਦੀ ਹੈ, ਇਹਦੇ ਵਿੱਚ ਬਿਲਕੁਲ ਠੰਡ ਨਹੀਂ ਸੀ ਲੱਗਦੀ, ਹਜ਼ਾਰਾਂ ਸਾਲ ਪਹਿਲਾਂ ਇਹ ਬਣੀ ਹੋਈ ਮਿਨਿਸਟਰੀ ਹੈ, ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਲਾਲ ਰੰਗ ਕੀਤਾ ਗਿਆ ਹੈ, ਉਦੋਂ ਬਾਅਦ ਇਹ ਨਵੇਂ ਮਿਨਿਸਟਰੀਆਂ ਦੀ ਸੇਵਾ ਹੋਈ ਹੈ। ਦੇਖੋ ਜੀ ਇਹ ਹੈ ਜੀ ਪੁਰਾਣੀ ਮਿਨਿਸਟਰੀ, ਹਜ਼ਾਰਾਂ ਸਾਲ ਪਹਿਲਾਂ ਇਹਨਾਂ ਨੇ ਲਿਖਿਆ ਇੱਥੇ ਜੁੱਤੇ ਲਾ ਕੇ ਤਾਰੋ ਕਿ ਜਾਓ, ਅਤੇ ਇੱਧਰ ਇਹਨਾਂ ਨੇ ਦੇਵੀ ਦੇਵਤਿਆਂ ਦੇ ਬੁੱਧ ਭਗਵਾਨ ਦੇ, ਅਤੇ ਨਾਕੋ ਇਤਿਹਾਸ ਦਾ ਸਭ ਤੋਂ ਬੁੱਧ ਵਿਹਾਰ ਇਹ ਹੈ ਜੀ, ਅਤੇ ਤੁਸੀਂ ਪਾਊਜ਼ ਕਰਕੇ ਇਹਨੂੰ ਪੜ੍ਹ ਸਕਦੇ ਹੋ। ਇਹ ਹੈ ਜੀ ਪੁਰਾਣੀ ਮਿਨਿਸਟਰੀ, ਇੱਥੋਂ ਆਪਾਂ ਅੰਦਰ ਜਾ ਕੇ ਆਏ ਹਾਂ, ਅੰਦਰ ਚਿੱਤਰਕਾਰੀ ਕੰਧਾਂ 'ਤੇ ਬਰਾਂਤੀਆਂ ਮੂਰਤੀਆਂ, ਅਤੇ ਉੱਪਰ ਲੱਕੜ ਦੀ ਜਿਹੜੀ ਇਹਨੂੰ ਛੱਤ ਹੈ, ਚੀਲ ਦੇ ਬਿਆਰ ਦੀਆਂ ਲੱਕੜਾਂ ਲੱਗੀਆਂ ਹੋਈਆਂ ਨੇ ਜੀ, ਆਹ ਦੇਖੋ ਜਿਸ ਤਰ੍ਹਾਂ ਲੱਕੜ ਹੈ, ਬਾਕੀ ਪੱਥਰ ਅਤੇ ਮਿੱਟੀ ਦੀ ਲੇਪ ਕੀਤੀ ਗਈ ਹੈ, ਅਤੇ ਇਹਨਾਂ ਦਾ ਤਿਆਰ ਹੋ ਰਿਹਾ ਜੀ, ਕੋਈ ਚਲਕੀ ਚੁਲਕੀ ਕੱਢਣਗੇ। ਇਹ 11ਵੀਂ ਸ਼ਤਾਬਦੀ ਦਾ ਬਣਿਆ ਹੋਇਆ ਇੱਥੇ ਜਿਹੜਾ ਟੈਂਪਲ ਹੈ ਉਹ ਆਪਾਂ ਤੁਹਾਨੂੰ ਦਿਖਾਇਆ, ਅਤੇ ਅੰਦਰ ਬਹੁਤ ਹੀ ਸੋਹਣੀ ਚਿੱਤਰਕਾਰੀਆਂ ਪ੍ਰਾਂਤਨ ਕੀਤੀਆਂ ਹੋਈਆਂ ਨੇ ਹੱਥਾਂ ਨਾਲ ਪੇਂਟ, ਅਤੇ ਪੁਰਾਣੀਆਂ ਇੱਥੋਂ ਦੀਆਂ ਬੁੱਧ ਧਰਮ ਨਾਲ ਰਿਲੇਟਡ ਮੂਰਤੀਆਂ, ਅਤੇ ਬਾਕੀ ਜਿਹੜੀ ਇਹਦੀ ਲੱਕੜ ਹੈ ਬਹੁਤ ਹੀ ਮੋਟੀ ਲੱਕੜ ਚੀਲ ਬਿਆਰ ਦੀ ਹੈ ਜਿਹੜੀ ਛੱਤ 'ਤੇ ਲੱਗੀ ਹੋਈ ਹੈ, ਇਸ ਕਰਕੇ ਇਹ ਹਜ਼ਾਰਾਂ ਸਾਲ ਪੁਰਾਣਾ ਮਿਨਿਸਟਰੀ ਹੈ ਜੀ ਇੱਥੋਂ ਦੀ, ਅਤੇ ਨਵੀਂ ਮਿਨਿਸਟਰੀ ਹੈ, ਦੇਖੋ ਉਦੋਂ ਬਾਅਦ 2007 ਦੇ ਵਿੱਚ ਇੱਥੇ ਆਏ ਸੀਗੇ ਆਪਣਾ ਇਹਨਾਂ ਦੇ ਆਖਰੀ ਗੁਰੂ ਦਲਾਈ ਦਲਾਮਾ, ਅਤੇ ਇੱਧਰ ਵਿਊ ਚੈੱਕ ਕਰੋ, ਪਹਾੜਾਂ ਦੇ ਉੱਪਰ ਬਰਫ਼ ਪੈ ਰਹੀ ਹੈ, ਇਸ ਤਰ੍ਹਾਂ ਦਾ ਮਾਹੌਲ ਹੈ ਜੀ। ਕੁਛ ਵੀਡੀਓ ਲੰਬੀ ਜ਼ਰੂਰ ਹੋ ਜੂਗੀ, ਸਕਿੱਪ ਨਾ ਕਰਿਓ, ਬਹੁਤ ਕੁਛ ਹੈ ਦੇਖਣ ਨੂੰ, ਲਾਈਕ ਸਬਸਕ੍ਰਾਈਬ ਤਾਂ ਜ਼ਰੂਰ ਕਰਿਓ ਯਾਰ, ਬਹੁਤ ਮਿਹਨਤ ਲੱਗਦੀ ਹੈ, ਹਜ਼ਾਰਾਂ
ਮਤਲਬ ਕਿ 1000 ਫਿੱਟ ਦੀ ਉਚਾਈ 'ਤੇ ਇਸ ਟਾਈਮ ਤੁਹਾਡਾ ਬਾਈ ਫਿਰ ਰਿਹਾ ਅਤੇ ਜ਼ਰੂਰ ਯਾਰਾ ਸ਼ੇਅਰ ਜ਼ਰੂਰ ਕਰਿਆ ਕਰੋ। ਕਿਸੇ ਨੇ ਆਉਣਾ ਜੀ ਅਤੇ ਉਹਨਾਂ ਦੇ ਸਵਾਗਤ ਲਈ ਆਹ ਦੇਖੋ ਸਾਰੇ ਖੜ੍ਹੇ ਨੇ, ਇਹਨਾਂ ਦਾ ਸਾਰਿਆਂ ਦਾ ਇੱਧਰਲਾ ਪਹਿਰਾਵਾ ਹੈ ਅਤੇ ਆਹ ਝੰਡੇ ਅਤੇ ਨਾਲ ਰਣ ਸਿੰਘ ਔਰ ਇਹਨਾਂ ਦਾ ਆਪਣਾ ਜਿਹੜਾ ਕਿਸੇ ਨੂੰ ਹੁੰਦਾ ਇਹ ਆਪਣੀ ਭਾਸ਼ਾ 'ਚ ਪਤਾ ਨਹੀਂ ਕੀ ਬੋਲਦੇ ਨੇ। ਆਪਾਂ ਮਨਿਸਟਰੀ ਤੋਂ ਲੇਕ ਵੱਲ ਨੂੰ ਆ ਗਏ ਹਾਂ ਅਤੇ ਰਾਹ ਦੇਖੋ ਥੱਲੇ ਇਹੋ ਜਿਹਾ ਰਾਹ ਜਾ ਰਿਹਾ ਪੌੜੀਆਂ, ਉਹ ਨੀਚੇ 150 ਮੀਟਰ 'ਤੇ ਲੇਕ ਹੈ। ਲਓ ਜੀ ਬਿਲਕੁਲ ਲੇਕ 'ਤੇ ਪਹੁੰਚ ਗਏ ਹਾਂ ਅਤੇ ਕਾਫੀ ਇੱਥੇ ਵਧੀਆ ਪਵਿੱਤਰ ਲੇਕ ਮੰਨੀ ਜਾਂਦੀ ਇਹਨੂੰ, ਵੋਟਿੰਗ ਵੋਟਿੰਗ ਇੱਥੇ ਹੁੰਦੀ ਹੈ, ਤੁਸੀਂ ਆਓ ਤਾਂ ਵੋਟਿੰਗ ਵੀ ਕਰ ਸਕਦੇ ਹੋ। ਅਤੇ ਆਹ ਦੇਖੋ ਜੀ ਅਤੇ ਖੂਬਸੂਰਤ ਝੀਲ ਦਾ ਨਜ਼ਾਰਾ, ਅਤੇ ਇੱਥੇ ਤੁਹਾਨੂੰ ਕੈਫੇ ਵੀ ਮਿਲ ਜੂਗਾ ਉੱਪਰ, ਅਤੇ ਇਹ ਹੈ ਜੀ ਝੀਲ, ਇਹ ਪਵਿੱਤਰ ਮੰਨਦੇ ਨੇ ਇੱਥੋਂ ਦੀ ਝੀਲ ਨੂੰ, ਇਹ ਬਹੁਤ ਸਫਾਈ ਰੱਖਦੇ ਨੇ, ਜੇ ਕੋਈ ਇਤਨਾ ਹੋਵੇ ਘਾਹ ਕੂਆ ਦੇਖੋ ਨਾਲ ਦੀ ਨਾਲ ਸਫਾਈ ਕਰਕੇ ਥੱਲੇ ਲਿਆ ਆਉਂਦੇ ਨੇ। ਲੋਕ ਇੱਥੇ ਸਿਰਫ ਇਹਦੀ ਵੋਟਿੰਗ ਕਰਦੇ ਨੇ, ਹੁਣ ਜਦੋਂ ਸਰਦੀਆਂ ਦੇ ਵਿੱਚ ਇਹ ਲੇਕ ਜੰਮ ਜਾਂਦੀ ਹੈ ਅਤੇ ਇਹਦੇ ਉੱਪਰ ਸਕੈਡਿੰਗ ਕਰਦੇ ਨੇ, ਜਿਵੇਂ ਆਪਾਂ ਬਰਫ਼ ਦੀ ਜਿਹੜੀ ਸਕੈਡਿੰਗ ਕਰਨ ਵਾਲੀਆਂ ਹੁੰਦੀਆਂ ਨੇ ਉਹ ਚੀਜ਼ ਇੱਥੇ ਕੀਤੀ ਜਾਂਦੀ ਹੈ ਜੀ। ਇਹ ਹੈ ਜੀ ਇੱਥੋਂ ਦਾ ਵਿਊ ਅਤੇ ਉਹ ਆਲੇ ਦੁਆਲੇ ਉੱਪਰ ਬਰਫ਼ ਜੰਮੀ ਹੋਈ ਹੈ ਜੀ। ਨਾਕੋ ਲੇਕ ਤੋਂ ਉੱਪਰ 5-7 ਮਿੰਟ ਦਾ ਪੈਦਲ ਟਰੈਕ ਹੈ ਜਿੱਥੋਂ ਕਿ ਵਿਊ ਬਣਦਾ ਪੂਰੀ ਨਾਕੋ ਦਾ, ਬਹੁਤ ਸੋਹਣਾ ਵਿਊ ਪੁਆਇੰਟ ਬਣਦਾ, ਉਹ ਤੁਹਾਨੂੰ ਦਿਖਾਉਂਦਾ ਮੈਂ ਚੜ੍ਹ ਕੇ, 5-10 ਮਿੰਟ ਲੱਗਦੇ ਨੇ ਅਤੇ ਜਾ ਰਹੇ ਹਾਂ ਆ ਜਾਂਦਾ ਰਸਤਾ ਅਤੇ ਉਹ ਜਾ ਰਿਹਾ ਦੀਪੀ ਆਪਣਾ ਤੁਰਿਆ ਉੱਪਰ ਵਾ, ਅਤੇ ਬਾਕੀ ਤਾਂ ਇਹ ਉੱਪਰੋਂ ਜਾ ਕੇ ਲੱਗੂਗਾ ਜੀ ਪਤਾ। ਇਹਦਾ ਪਾਣੀ ਆ ਰਿਹਾ ਜੀ ਉੱਪਰੋਂ ਝਰਨੇ ਦਾ ਪਾਣੀ, ਉਹ ਝਰਨਾ ਕਹਿ ਰਿਹਾ ਪੈਪ ਲਾਈ ਹੋਈ ਹੈ, ਸਾਹ ਚੜ੍ਹ ਰਿਹਾ ਪੂਰਾ ਠੰਡਾ ਪਾਣੀ ਚੱਲਦਾ, ਉਹ ਥੱਲੇ ਚੜ੍ਹ ਕੇ ਆਏ ਹਾਂ। ਉੱਪਰ ਆ ਗਏ ਜੀ ਆਪਾਂ ਵਿਊ ਪੁਆਇੰਟ 'ਤੇ ਜਿਹੜਾ ਲੇਕ ਤੋਂ, ਅਤੇ ਤੁਸੀਂ ਚੈੱਕ ਕਰੋ ਜੀ ਇੱਥੋਂ ਸਾਰਾ ਨਾਕੋ ਵਿਲੇਜ ਦਿਖ ਰਿਹਾ ਹੈ ਅਤੇ ਉਹ ਨਾਕੋ ਲੇਕ ਦਿਖ ਰਹੀ ਹੈ ਅਤੇ ਮਿਨਿਸਟਰੀ ਵੀ ਉਹ ਰਹਿ ਗਈ ਜੀ ਸਾਹਮਣੇ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਵਿਊ ਆ ਰਿਹਾ ਹੈ ਅਤੇ ਇੱਥੇ ਆਪਾਂ ਆਏ ਹਾਂ, ਫੋਟੋਆਂ ਖਿਚਾਉਂਦੇ ਹਾਂ ਅਤੇ ਵਿਊ ਚੈੱਕ ਕਰੋ, ਸ਼ਾਇਦ ਹੀ ਕੋਈ ਯੂਟਿਊਬਰ ਇੱਥੋਂ ਆ ਕੇ ਇਹ ਚੀਜ਼ ਦਿਖਾਉਂਦਾ, ਕਿਸੇ ਨੂੰ ਪਤਾ ਹੀ ਨਹੀਂ ਹੈਗਾ ਵੀ ਉੱਪਰ ਵਿਊ ਪੁਆਇੰਟ ਬਣਿਆ ਹੋਇਆ। ਜਦੋਂ ਤੁਸੀਂ ਆਓ ਲੇਕ 'ਤੇ ਆਓ, ਲੇਕ ਦੇ ਉੱਪਰਲੇ ਪਾਸੇ ਹੀ 10 ਮਿੰਟ ਦਾ ਟਰੈਕ ਹੈ ਅਤੇ ਉਹ ਜਾ ਰਹੀ ਹੈ ਜੀ ਮੇਨ ਹਾਈਵੇ, ਇਹੋ ਜਿਹਾ ਵਿਊ ਬਣ ਰਿਹਾ ਜੀ ਦੇਖੋ। ਨਾਕੋ ਨਾ ਆਪਾਂ ਨੇ ਇੱਕ ਪੱਥਰ ਜਿਹਾ ਦੇਖਿਆ ਪਿਆ, ਇਹ ਬੜਾ ਹੀ ਅਜੀਬ ਜਿਹੀ ਤਰ੍ਹਾਂ ਦਾ, ਹੈ ਨਾ ਕਿੱਦਾਂ ਦੀ ਬਣਤਰ ਜੀ ਬਣੀ ਹੋਈ, ਉੱਦਾਂ ਇੱਕ ਮੂੰਹ ਜਿਹਾ ਲੱਗ ਰਿਹਾ ਪਤਾ ਨਹੀਂ ਕੀ ਚੀਜ਼ ਆ, ਅਤੇ ਬੜਾ ਅਜੀਬ ਜਿਹਾ ਲੱਗਿਆ ਅਤੇ ਬੜਾ ਮਤਲਬ ਕੈਚੀ ਜਿਹਾ ਸੀਗਾ, ਇਸ ਕਰਕੇ ਅਸੀਂ ਵੀ ਸੋਚਿਆ ਵੀ ਇਹਦਾ ਇਹਨੂੰ ਕੈਚ ਕੀਤਾ ਜਾਵੇ ਅਤੇ ਤੁਹਾਨੂੰ ਦਿਖਾਇਆ ਜਾਵੇ, ਬੜਾ ਅਜੀਬ ਜਿਹੀ ਚੀਜ਼ ਆ ਦੇਖੋ ਧਿਆਨ ਦੇ ਨਾਲ। ਇਸ ਟਾਈਮ ਖੜ੍ਹਾ ਆਪਾਂ ਨਾਕੋ ਅਤੇ ਇਹ ਢਾਬੇ ਤੋਂ ਆਪਾਂ ਨੇ ਮੋਮੋਜ਼ ਵਗੈਰਾ ਖਾਧੇ ਨੇ ਅਤੇ ਮੈਗੀ,
ਤੇ ਅੱਗੇ ਹੈ ਜੀ 105 ਕਿਲੋਮੀਟਰ ਇੱਥੋਂ ਕਾਜਾ। ਸਾਡੇ ਕੋਲ ਟਾਈਮ ਪਿਆ, ਹੋ ਸਕਦਾ ਅਸੀਂ ਮਤਲਬ ਕਿ ਜਾਵਾਂਗੇ ਜਿੱਥੇ ਤੱਕ ਸਾਨੂੰ ਹਨੇਰਾ ਨਹੀਂ ਪੈਂਦਾ ਉੱਥੇ ਤੱਕ ਸਫ਼ਰ ਤੈਅ ਕਰਾਂਗੇ। ਅਤੇ ਅੱਜ ਦੇ ਵਲੋਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਹਾਂ। ਵਲੋਗ ਦੇਖ ਕੇ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ, ਲਾਇਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ।